बिस्मिल्लाहिर्रहमानिर्रहीम। अस्सलाम वालेकुम प्यारे बहन भाई, कैसे हो? उम्मीद करती हैं कि जल्दी बना लोगे। अल्लाह पाक तुम्हें खुश रखे, आबाद रखे। हाँ जी, तो मैं बना रही हूँ चाय। दूध में चीनी पत्ती पा ली आ, चाय तैयार कर ली। साढ़े घर आने पे है मेहमान, तो इन चल अपने भैन भाइयों ना भी मिलवा आएंगे। मौसम बच्चे कपड़ा नहीं कपड़ा कोई भी नहीं लिया। मैं आराम पहली रात घंटा पखा चलाया कपड़ा लैन पाने ਬੰਦ ਕਰ ਚੜਿਆ ਕਰ ਇਹਦੀ ਆਵਾਜ਼ ਨਹੀਂ ਚੰਗੀ ਬੱਚਾ ਨਹੀਂ ਨਹੀਂ ਇਹ ਬੱਚੇ ਵਾਸਤੇ ਨਹੀਂ ਬਲੈਕ ਯਾਦ ਤੇ ਫਿਰ ਇਹਨਾਂ ਨੂੰ ਆਪਣਾ ਦਿਨੇ ਗਰਮੀ ਹੁੰਦੀ ਬੰਦਾ ਅੰਡਾ ਵੀ ਨਹੀਂ ਦੇ ਸਕਦਾ ਹਾਂ ਬਹੁਤ ਬਾਹਰ ਆ ਅੰਡਾ ਦੇ ਬਾਬੀ ਨੂੰ ਦੋ ਚਾਰ ਕੁਪੜੀਆਂ ਕੁਪੜੀਆਂ ਰੱਖ ਹਾਂ ਜੀ ਵੀਰੇ ਮੈਂ ਕਿਹਾ ਸੀ ਆਪਣੀਆਂ ਨਾਲ ਆ ਮੇਰੀ ਭੈਣ ਤੇ ਆਪ ਤਾਂ ਰਵੇ ਵਾਲੇ ਆਪਣੇ ਮੈਂ ਤੈਨੂੰ ਕਿਤੋਂ ਢੂੰਡਦੇ ਨਾ ਨਹੀਂ ਸਾਡੇ ਉੱਥੇ ਆਪਣਾ ਅੰਮੀ ਹੁਣਾਂ ਦੇ ਅੱਗੇ ਜਿੰਨੀਆਂ ਸੀ ਉਹ ਵੀ ਆਪਣਾ ਦੇਣੋਂ ਹਟ ਗਏ ਫਿਰ ਕਿ ਅੰਮੀ ਨੇ ਕੱਲ ਮੈਨੂੰ ਆਪਣੇ ਘਰ ਦਾ ਇੱਥੇ ਖਾਣਾ ਜਮਾ ਕਰਕੇ ਦਿੱਤਾ ਮੈਂ ਉੱਥੇ ਜਿਹੜਾ ਨਾ ਬੁਕਿੰਗ ਕਰਵਾ ਲਈ ਮਰਵਾਲੀ ਜਿਹੜਾ ਨਾ ਉਹ ਆੜੀਆਂ ਗਵਾਂਡੀਆਂ ਦੀ ਉਹ ਫਿਰ ਜਿਨ੍ਹਾਂ ਦੇ ਘਰ ਖਾਣਾ ਉਹਨਾਂ ਦੇ ਅੰਡਾ ਆਪਣੇ ਖਾਣੇ ਦੇ ਘਰ ਖਾਣੀ ਤੋਂ ਨਹੀਂ ਦਿਲ ਕਰਦਾ ਇਹ ਫਿਰ ਦਾਣਾ ਦੂਣ ਕਾ ਪਾਉਂਦੇ ਨੇ ਫਿਰ ਬਾਕੀ ਆਵਾਦੀਆਂ ਅੰਮੀ ਨੇ ਜਿਹੜਾ ਨਾ ਫਿਰ ਆਪਣਾ ਉੱਥੇ ਇਹ ਵੀ ਖਾਂਦੇ ਹੈ ਨਹੀਂ ਖਾਂਦੇ ਆ ਇਹ ਘਰ ਦੇ ਅੱਜ ਖਾ ਕੇ ਕਰਾਂਗੇ ਹਾਂ ਜੀ ਨੇ ਸੇਵਾ ਕਰਵਾਈ ਅਸੀਂ गोली हवा बच्चे सारे अजीब भाभी तुसी यकीन मनो ऐ जेड़ा त्रेगड़ा है ना ਇਹ ਹਜ਼ਾਰਾਂ ਨਹੀਂ ਲੱਖਾਂ ਵਿੱਚੋਂ ਇੱਕ ਨਹੀਂ ਖਾਲਾ ਸੁਗਰਾ ਦੇ ਕੱਲ ਪੋਤੇ ਆਏ ਮਾਂ ਦੇ ਦਾਦੀ ਨੂੰ ਦੁਬਾਰਾ ਨੇ ਨੱਕੋ ਨੱਕ ਉਹ ਛੱਡੋ ਤੁਸੀਂ ਉਹ ਤੇ ਪਾਕਿਸਤਾਨੀ ਕਾਕੇ ਨੇ ਮਸਜਿਦ ਨਬੀ ਸ਼ਰੀਫ ਚ ਹਰਮ ਸ਼ਰੀਫ ਚ ਨਿਆਣਿਆਂ ਨੇ ਮਾਵਾਂ ਨੂੰ ਨੱਥ ਪਾਈ ਕਰ ਨੱਥ ਉਹਨਾਂ ਦੀ ਉਹ ਰਬੜ ਦੀ ਨੱਥੇ ਹੁੰਦੇ ਆ ਅਸੀਂ ਨਮਾਜ਼ ਮਾਜ਼ ਪੜਨ ਲੱਗਦੀਆਂ ਨੇ ਤੇ ਉਹ ਵਿਚਾਰੀ ਨੂੰ ਉਹ ਚਾਰ ਕਾਤਾਂ ਪੂਰੀਆਂ ਹੋਣ ਜਾਂ ਤਿੰਨ ਕਾਤਾਂ ਪੂਰੀਆਂ ਹੋਣ ਤੇ ਉਹ ਕਿਸੇ ਪਾਸੇ ਉਹ ਪਿੱਛੋਂ ਨੂੰ ਕਿਸੇ ਪਾਸੇ ਟੁਰ ਗਏ ਹੋਵੇ ਉਹ ਮਾਮਾ ਛੇਤੀ ਛੇਤੀ ਆਦ ਚ ਸਲਾਮ ਫੇਰ ਕੇ ਤੇ ਆ ਮੇਰਾ ਕਾਕਾ ਇਹਨਾਂ ਬੱਚੇ ਕਰਦੇ ਐ ਬਾਬੇ ਬਹੁਤ ਘੱਟ ਗਾਲੀ ਕਰਦੇ ਬਾਹਰ ਜਾ ਕੇ ਤਰੀਕ ਕਰਦੇ ਇਹ ਬਾਹਰ ਜਾ ਕੇ ਹੀ ਸ਼ਰਾਰਤ ਕਰਦੇ ਬਾਹਰ ਸ਼ਰਾਰਤ ਕਰਦੇ ਹਾਂ ਕਰਦੇ ਆ ਬਾਬੇ ਫੇਰ ਇਹਨਾਂ ਦੀ ਮਾਸ਼ਾਅੱਲਾ ਤਰੱਕੀ ਹੈ ਐਵੇਂ ਵੀ ਇਹਨਾਂ ਨੇ ਜਿਹੜਾ ਉਹ ਬੰਦੇ ਬੈਠੇ ਵੀ ਬੇਇੱਜ਼ਤੀ ਨਹੀਂ ਕਰਦੇ तंदुरुस्ती दे कोई नहीं समझ आता है।
ਕਾਕਾ ਤੇ ਭਾਈ ਜਵੇਦ ਦਾ ਮੋਈ ਦੋ ਬੱਚੇ ਜਿਹੜਾ ਨਾ ਫਿਰ ਸਾਲ ਜਿਹੜਾ ਨਾ ਬੜੇ ਕਪੱਤੇ ਦੂਸਰੇ ਕੋ ਸਿਆਣੇ ਹੋ ਗਏ ਫੁੱਲ ਸ਼ਰਾਬ ਕਰਦੇ ਆ कल एक ना निकाजे थोड़ा झाड़े आनू फर के ना आप ही जवान जो 7 साल का बच्चा हो जाए फिर जवान हो जाएगा मतलब दो महीने दो सात साल का बच्चा होवे ना नमाज आखी दो साढ़े ना इन्होंने डंडे नमाज पढ़ानी चाहिए अजे दो ने 10 साल का बच्चा हो सख्ती नमाज पढ़ाओ सख्ती शान ने कम अज कम दस बारह पाया दस बारह पढ़ के फिर कुराने पाक बंद करना सूरज यासीन ने पढ़नी है ਤੇ ਇਹਨੇ ਉਂਗਲੀ ਚਲੀ ਜਾਣੀ ਤੇ ਆਂਦੇ ਲੋਕ ਮੁੱਕ ਕੇ ਜਾਣਾ ਨਾ ਪੜ ਲੈ ਚਲੋ ਬਈ ਉਹ ਤਾਂ ਉਹ ਹੀ ਯਾਰਾਂ ਤੇ ਕਰਦਾ ਹੈ ਨਾ ਹਲੇ ਯਾਰਾਂ ਤੇ ਕਰਦਾ ਹਲੇ ਬਾਅਦ ਵਿੱਚ ਖਾਲੀ ਰੋਲਾ ਪੈਂਦਾ ਮਸੱਲਾ ਚੁੱਕਣ ਤੋਂ ਕਿਦਾਂ ਵੀ ਐਂਡ ਤੇ ਜਾ ਕੇ ਇਹ ਨਹੀਂ ਜਿਹੜਾ ਐਂਡ ਤੇ ਨਮਾਜ਼ ਪੜ ਕੇ ਉੱਠਦਾ ਚੁੱਕਣਾ ਤੇ ਉਹ ਨਹੀਂ ਹੁੰਦਾ ਮੈਂ ਤੈਨੂੰ ਸਮਝਾਇਆ ਨਾ ਮੈਂ ਉਹਨੂੰ ਆਖੇ ਵੀ ਤੂੰ ਪਹਿਲਾਂ ਉੱਠ ਕੇ ਪੜਿਆ ਕਿ ਜਿਹੜਾ ਪਹਿਲਾਂ ਮਸੱਲਾ ਲੈ ਕੇ ਪਾਉਂਦਾ ਉਹ ਫਿਰ ਚੁੱਕੇ ਫਿਰ ਉਹ ਤੁਹਾਨੂੰ ਸਾਰੇ ਠੀਕ ਤਾਂ ਰਹੇ ਵੀ ਸਾਰੇ ਪੜ ਲੈਣ ਫਿਰ ਮਸੱਲਾ ਚੁੱਕਾ ਇਹ ਨਮਾਜ਼ ਪੜ ਕੇ ਨਮਾਜ਼ ਪੜ ਕੇ नमाज पढ़ना बत्ती बल्दी बल्दी होंगी सुबह सुबह बस मैं सारे पहला हट करना मम्मा चुके शान नमाज पढ़ के धक्का धुक्का ला के फटाफट दो चार बार छटे मारने कट्टा करना सोने जाने
ਸੋਨੇ ਦਾਦੇ ਜਿਹੜਾ ਨਾ ਤੇ ਹੁਣ ਥੱਲੇ ਉਹ ਉੱਗਣੇ ਨੇ ਉਹ ਇੱਥੇ ਲੱਗੀ ਸੀ ਨਾ ਤੇ ਹੁਣ ਡਾਫੀਆਂ ਨਾ ਫੇਰ ਖਾ ਐ ਤੇ ਮੈਨੂੰ ਦੱਸਿਆ ਨਾ ਮੈਂ ਕਿਹਾ ਹੁਣ ਤਾਂ ਪੱਟ ਹੋ ਜਾਣੇ ਸੀ।